ਪੰਜਾਬ ਦੇ ਬੁੱਢੇ ਨਾਲੇ ਦਾ ਮਸਲਾ ਕਾਫੀ ਪੁਰਾਣਾ ਤੇ ਇਹਨੂੰ ਲੈ ਕੇ ਸਫਾਈ ਵਾਸਤੇ ਕਈ ਦਿੱਲੀ ਦੇ ਵਿੱਚ ਮੁਲਾਕਾਤਾਂ ਹੋਈਆਂ ਨੇ। ਬਾਅਦ ਦੇ ਵਿੱਚ ਕੈਪਟਨ ਸਰਕਾਰ ਨੇ 650 ਕਰੋੜ ਜਾਰੀ ਤਾਂ ਕੀਤਾ ਪਰ ਉਹ ਕਿੱਧਰ ਗਿਆ ਕੋਈ ਪਤਾ ਨਹੀਂ। ਇਹਨੂੰ ਲੈ ਕੇ ਇੱਕ ਮੈਮੋਰੈਂਡਮ ਅੱਜ ਦਿੱਲੀ ਦੇ ਵਿੱਚ ਕੇਂਦਰੀ ਜਲ ਮੰਤਰੀ ਜਿਹੜੇ ਨੇ ਉਹਨਾਂ ਨੂੰ ਸੌਂਪਿਆ ਗਿਆ ਹੈ। ਤਾਂ ਨਿਰੋਆ ਪੰਜਾਬ ਜਿਹੜਾ ਇੱਕ ਮੰਚ ਬਣਿਆ ਹੈ ਜਿਹਦੇ ਵਿੱਚ ਕਾਫੀ ਲੋਕ ਨੇ ਉਹਨਾਂ ਦਾ ਇੱਕ ਵਫਦ ਜਿਹੜਾ ਅੱਜ ਮੁਲਾਕਾਤ ਕਰਕੇ ਆਇਆ ਹੈ। ਆਮ ਆਦਮੀ ਪਾਰਟੀ ਜਿਹੜੇ ਨੇਤਾ ਨੇ ਕੁਲਤਾਰ ਸਿੰਘ ਸੰਧਵਾ ਉਹ ਵੀ ਇਹਦੇ ਵਿੱਚ ਸ਼ਾਮਿਲ ਨੇ, ਹੋਰ ਵੀ ਇੱਕ ਟੈਕਨੀਕਲ ਮਾਹਿਰ ਵੀ ਇਹਦੇ ਵਿੱਚ ਸ਼ਾਮਿਲ ਨੇ। ਸਭ ਤੋਂ ਪਹਿਲਾਂ ਸੰਧਾ ਸਾਹਿਬ, ਮੁੱਖ ਮੰਗ ਕੀ ਹੋਈ ਹੈ, ਮਤਲਬ 650 ਕਰੋੜ ਦਾ ਕੀ ਮਸਲਾ ਜਿਹੜਾ ਤੁਸੀਂ ਕਹਿ ਰਹੇ ਹੋ, ਜਿਹੜੀ ਅੱਜ ਸ਼ਿਕਾਇਤ ਲੈ ਕੇ ਆਏ ਹੋ? ਦੇਖੋ ਜੀ, ਸ਼ਿਕਾਇਤ ਨਹੀਂ, ਤਾਂ ਸਾਥੀ ਆਪਦਾ ਦਰਦ ਦੱਸ ਕੇ ਆਏ ਹਾਂ ਕਿ 650 ਕਰੋੜ ਦੇ ਪ੍ਰੋਜੈਕਟ ਦੇ DPR ਬਣ ਗਈ, ਉਹਦਾ ਟੈਂਡਰ ਫਲੋਟ ਹੋ ਗਿਆ, ਲੇਕਿਨ ਜਿਹੜੀ ਬੁੱਢਾ ਨਾਲਾ ਟਾਸਕ ਫੋਰਸ ਆ ਉਹਦੇ ਜਿਹੜੇ ਪ੍ਰਧਾਨ ਨੇ ਠਾਕੁਰ ਦਲੀਪ ਸਿੰਘ ਜੀ, ਠਾਕੁਰ ਉਦੇ ਸਿੰਘ ਜੀ ਜਿਹੜੇ ਉਹਦੇ ਪ੍ਰਧਾਨ ਨੇ, ਉਹਨਾਂ ਨੂੰ ਪਤਾ ਨਹੀਂ ਹੈ। ਸੰਤ ਬਲਵੀਰ ਸਿੰਘ ਜੀ ਸੀਚੇਵਾਲ ਸਾਹਿਬ ਜਿਨ੍ਹਾਂ ਨੇ ਸਾਰਾ ਜੀਵਨ ਇਸ ਦਰਿਆਵਾਂ ਨੂੰ ਮੁੜ ਜਿਉਣ ਦੇ ਵਿੱਚ, ਉਹਨਾਂ ਨੂੰ ਦੁਬਾਰਾ ਜ਼ਿੰਦਗੀ ਬਖਸ਼ਣ ਦੇ ਵਿੱਚ ਲਾਤਾ, ਉਹਨਾਂ ਨੂੰ ਉਹਦਾ ਕੋਈ ਗਿਆਨ ਨਹੀਂ। ਸੋ ਇਹ ਬੁੱਕਲ 'ਚ ਗੁੜ ਭੁੰਨਣ ਦੀ ਕੋਸ਼ਿਸ਼ ਕਰ ਰਹੇ ਸੀ। ਅਤੇ ਸਾਡੇ ਨਾਲ ਅੱਜ ਦੂਸ਼ਿਤ ਜਲ ਅਸੁਰਕਸ਼ਿਤ ਕੱਲ ਨਾਂ ਦਾ ਇੱਕ ਸੰਸਥਾ ਹੈ ਸਾਡੀ ਰਾਜਸਥਾਨ ਤੋਂ, ਜਿਹਦੇ ਪ੍ਰਧਾਨ ਨੇ ਮਹੇਸ਼ ਪੇਰੀਵਾਲ ਜੀ ਪੇਰੀਵਾਲ ਜੀ ਉਹ ਵੀ ਸਾਡੇ ਨਾਲ ਸੀ। ਅਤੇ ਅਸੀਂ ਇਹ ਗੱਲ ਦੱਸ ਕੇ ਆਏ ਵੀ ਬੁੱਕਲ 'ਚ ਗੁੜ ਨਾ ਭੰਨਿਆ ਜਾਵੇ, ਲੋਕਾਂ ਨੂੰ ਪੁੱਛਿਆ ਜਾਵੇ, ਜਿਨ੍ਹਾਂ ਲੋਕਾਂ ਦੀ ਪ੍ਰੋਜੈਕਟ ਬਣਿਆ ਉਹਨਾਂ ਨੂੰ ਪੁੱਛਿਆ ਜਾਵੇ। ਇਹ ਇਕੱਲੇ ਬਿਊਰੋਕਰੈਟਸ ਅਤੇ ਪੋਲੀਟੀਸ਼ੀਅਨ ਹੀ ਆਪਦਾ, ਜਿਸ ਤਰ੍ਹਾਂ ਪਹਿਲਾਂ ਅਰਬਾਂ ਰੁਪਏ ਲਾ ਤੇ ਦਰਿਆ ਬੁੱਢਾ ਨਾਲਾ ਸਾਫ਼ ਕਰਨ ਦੇ ਨਾਂ 'ਤੇ, ਅਤੇ ਲੋਕਾਂ ਦੇ ਘਰ ਭਰ ਗਏ ਅਤੇ ਪੰਜਾਬ ਕੰਗਾਲ ਹੋ ਗਿਆ, ਬਿਮਾਰ ਹੋ ਗਿਆ, ਉਸ ਤਰ੍ਹਾਂ ਦਾ ਕੰਮ ਦੁਬਾਰਾ ਨਾ ਹੋਵੇ, ਅਸੀਂ ਇਸ ਲਈ ਮਿਲੇ। ਟਾਸਕ ਫੋਰਸ ਕਦੋਂ ਬਣੀ ਸੀ, ਕਿਹਨੇ ਬਣਾਈ, ਅਤੇ 650 ਕਰੋੜ ਕਿਸ ਚੀਜ਼ ਵਾਸਤੇ ਕਿਹਨੇ ਦਿੱਤਾ ਸੀ, ਸੈਂਟਰ ਨੇ ਦਿੱਤਾ ਸੀ ਕਿ ਸਟੇਟ ਨੇ ਦਿੱਤਾ? ਦੇਖੋ ਜੀ, ਇੱਕ ਅੰਮ੍ਰਿਤ ਯੋਜਨਾ ਜਿਹੜੀ ਸੈਂਟਰ ਦੀ ਯੋਜਨਾ, ਉਹਦੇ 'ਚ ਮੈਜੋਰਟੀ ਜਿਹੜੀ ਫੰਡ ਹੈ 60% ਦੇ ਕਰੀਬ ਜਿਹੜੇ ਫੰਡ ਉਹਦੇ 'ਚੋਂ ਲੱਗਣੇ ਆ, ਔਰ 40% ਸਟੇਟ ਨੇ ਪਾਉਣਾ, ਬੁੱਢਾ ਨਾਲਾ ਸਾਫ਼ ਹੋਣਾ ਜੀ, ਜਿਹਦੇ ਨਾਲ ਬੁੱਢੇ ਨਾਲੇ ਦੇ ਵਿੱਚ ਜਿਹੜੇ ਪੋਲਿਊਟੈਂਟ ਪੈਂਦੇ ਆ, ਗੰਦਾ ਪਾਣੀ, ਮਲਬਾ, ਟੌਕਸਿਕ ਜਿਹੜੇ ਡਾਇੰਗ ਦੀ ਇੰਡਸਟਰੀ ਦਾ ਵੇਸਟ ਪੈਂਦੀ ਆ, ਉਹ ਇਹਨਾਂ ਨੇ ਬੰਦ ਕਰਨੀ ਸੀ ਉਹ ਪਾਉਣੋਂ। ਲੇਕਿਨ ਜਿਹੜੇ ਉਹਦੇ 'ਚ ਕਾਫੀ ਸਾਰੇ ਫਲੋਜ਼ ਨੇ ਉਹ ਤੁਹਾਨੂੰ ਜਸਕੀਰਤ ਜੀ ਦੱਸਣਗੇ ਟੈਕਨੀਕਲੀ, ਲੇਕਿਨ ਉਹ ਜਿਹੜੀ ਪੰਜਾਬ ਦੇ ਵਿੱਚ ਨਰੋਆ ਪੰਜਾਬ ਮੰਚ ਨੇ ਐਜੀਟੇਟ ਕੀਤਾ, ਆਮ ਆਦਮੀ ਪਾਰਟੀ ਨੇ ਐਜੀਟੇਟ ਕੀਤਾ, ਹੋਰ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ, ਪੋਲੀਟੀਕਲ ਪਾਰਟੀਆਂ, ਉਹਨਾਂ ਨੇ ਵੀ ਐਜੀਟੇਟ ਕੀਤਾ ਵਿਧਾਨ ਸਭਾ ਦੇ ਵਿੱਚ। ਅਸੀਂ ਇਸ ਚੀਜ਼ ਨੂੰ ਬੜੇ ਜ਼ੋਰ ਨਾਲ ਰੱਖਿਆ, ਜ਼ੋਰ ਨਾਲ ਰੱਖਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਜਿਹੜੀ ਟਾਸਕ ਫੋਰਸ ਬਣਾਈ ਸੀ, ਜਿਹਦੇ ਹੈੱਡ ਨਾਮਧਾਰੀ ਮੁਖੀ ਜੀ ਨੇ, ਠੀਕ ਹੈ ਜੀ, ਮਤਲਬ ਸੰਤ ਸੀਚੇਵਾਲ ਇਹਦੇ ਮੈਂਬਰ ਨਹੀਂ ਹੈ, ਲੇਕਿਨ ਸੰਤ ਸੀਚੇਵਾਲ ਨੇ ਇਸ ਉਹ ਪੋਲਿਊਸ਼ਨ ਕੰਟਰੋਲ ਬੋਰਡ ਦੇ ਮੈਂਬਰ ਨੇ, ਮਤਲਬ ਇਸ ਫੀਲਡ ਦੇ ਵਿੱਚ ਕੰਮ ਬਹੁਤ ਕੀਤਾ। ਸੋ ਇਸ ਮਤਲਬ ਐਡਾ ਵੱਡਾ ਪ੍ਰੋਜੈਕਟ ਬਿਨਾਂ ਕਿਸੇ ਦੀ ਭਿਣਕ ਪਏ ਆ, ਕਿਸੇ ਜਰਨਲਿਸਟ ਨੂੰ ਨਹੀਂ ਪਤਾ, ਲੁਧਿਆਣੇ ਦੇ ਨੂੰ, ਕਿਸ ਚੰਡੀਗੜ੍ਹ ਦੇ ਜਰਨਲਿਸਟ ਨੂੰ ਨਹੀਂ ਪਤਾ। ਟਾਸਕ ਫੋਰਸ ਇਹ ਵੀ CM ਸਾਹਿਬ ਨੇ ਬਣਾਈ ਜੀ, ਅਤੇ 650 ਕਰੋੜ ਜਦੋਂ ਲਾਇਆ ਤਾਂ ਇਹ ਟਾਸਕ ਫੋਰਸ ਨੂੰ ਨਹੀਂ ਪੁੱਛਿਆ ਗਿਆ, ਇਹ ਮੇਨ ਹੈ। ਯੈਸ, 650 ਕਰੋੜ ਦਾ ਜਿਹੜਾ ਪ੍ਰੋਜੈਕਟ ਤੁਸੀਂ ਭੇਜ ਰਹੇ ਹੋ, ਟਾਸਕ ਫੋਰਸ ਨਾਲ ਡਿਸਕਸ ਹੀ ਨਹੀਂ ਕੀਤਾ ਜਾਂਦਾ। ਇਹ ਅਸੀਂ ਇੱਥੇ ਗਜਿੰਦਰ ਸਿੰਘ ਚੌਹਾਨ ਸ਼ੇਖਾਵਤ ਜੀ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਕਾਇੰਡਲੀ ਇਹ 'ਚ ਇੰਟਰਵੀਨ ਕਰੋ ਔਰ ਉਹ DPR ਨੂੰ ਪਬਲਿਕ ਕਰਾਓ ਅਤੇ ਲੋਕਾਂ ਤੋਂ ਸੁਜੈਸ਼ਨ ਲਓ। ਜਿਹੜੇ ਸਟੇਕ ਹੋਲਡਰਸ ਨੇ, ਸਾਡੇ ਇੰਜੀਨੀਅਰਸ ਨੇ, ਇਨਵਾਇਰਮੈਂਟਲਿਸਟ ਨੇ, ਸਮਾਜ ਸੇਵੀ ਨੇ, ਜਿਨ੍ਹਾਂ ਨੇ ਸਾਰਾ ਜੀਵਨ ਲਾਤਾ, ਜਿਨ੍ਹਾਂ ਨੂੰ ਪਤਾ AC ਕਮਰਿਆਂ 'ਚ, ਸਾਡੇ ਦੇਸ਼ ਦਾ ਦੁਰਭਾਗ ਹੀ ਇਹ ਹੈ ਵੀ AC ਕਮਰਿਆਂ 'ਚ ਬਹਿ ਕੇ ਸਕੀਮਾਂ ਬਣਦੀਆਂ, AC ਕਮਰਿਆਂ 'ਚ ਬਹਿ ਕੇ ਉਹਨਾਂ ਨੂੰ ਇੰਪਲੀਮੈਂਟ ਕਰਤਾ ਜਾਂਦਾ, ਥੱਲੇ ਗਰਾਊਂਡ 'ਤੇ ਕੁਛ ਵੀ ਨਹੀਂ ਹੁੰਦਾ। ਸੋ ਉਸ ਚੀਜ਼ ਵਾਸਤੇ ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ। ਟੈਂਡਰ ਫਿਲਹਾਲ ਲੱਗ ਗਏ 650 ਕਰੋੜ? ਟੈਂਡਰ ਲੱਗ ਗਏ ਨੇ, ਲੇਕਿਨ ਉਹਦੀ ਡੇਟ ਇਹਨਾਂ ਨੇ ਡੈਫਰ ਕਰਤੀ ਹੈ, ਕੱਲ੍ਹ ਜਦੋਂ ਅਸੀਂ ਐਜੀਟੇਟ ਕੀਤਾ ਤਾਂ ਇਹਨਾਂ ਨੇ ਡੇਟ 15 ਦਿਨ ਅੱਗੇ ਪਾਤੀ ਹੈ। ਬਿਲਕੁਲ, ਹੋਰ ਵੀ ਕਾਫੀ ਮੁਖੀ ਨੇ ਮੇਰੇ ਨਾਲ, ਤੁਸੀਂ ਦੱਸੋ ਕਿ ਜਿਸ ਤਰ੍ਹਾਂ 650 ਕਰੋੜ ਇਹ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਨੇ ਦਿੱਤਾ ਜੀ, ਪਰ ਅੱਗੇ ਜਿਹੜੀ ਟਾਸਕ ਫੋਰਸ ਬਣਾਈ ਉਹਨੂੰ ਪੁੱਛਿਆ ਨਹੀਂ ਗਿਆ ਜੀ, ਤਾਂ ਉਹ ਡਾਇਰੈਕਟ ਹੁਣ ਟੈਂਡਰ ਕੰਪਨੀਆਂ ਵਾਸਤੇ ਕੋਈ ਵੀ ਕੰਪਨੀ ਲੈ ਸਕਦੀ ਹੈ ਬਿਨਾਂ ਪੁੱਛੇ ਕੰਮ ਸ਼ੁਰੂ ਕਰ ਸਕਦੀ ਹੈ, ਜਾਂ ਉਹ ਵੀ ਸਲਾਹ ਲਏਗੀ ਟਾਸਕ ਫੋਰਸ ਦੀ, ਕੋਈ ਇਸ ਤਰ੍ਹਾਂ ਦੀ ਗੱਲ ਹੈ? ਨਹੀਂ ਨਹੀਂ, ਇਹੀ ਤਾਂ ਹੈਗਾ ਨਾ, ਅਸੀਂ ਨਰੋਆ ਪੰਜਾਬ ਮੰਚ ਵੱਲੋਂ ਪਿਛਲੇ 2 ਸਾਲਾਂ ਤੋਂ ਲਗਾਤਾਰ ਪਾਣੀਆਂ 'ਤੇ ਜਾਂ ਜਿਹੜਾ ਦਰਿਆਵਾਂ ਦੇ ਵਿੱਚ ਗੰਦ ਸਿੱਟਿਆ ਜਾ ਰਿਹਾ ਉਹਦੇ ਵਿਰੁੱਧ ਆਵਾਜ਼ ਉਠਾਉਂਦੇ ਆ ਰਹੇ ਹਾਂ। ਜਦਕਿ ਸਰਕਾਰ ਨੇ ਜਿਹੜਾ 650 ਕਰੋੜ ਰੁਪਈਆ ਕੀਤਾ, ਅਸੀਂ ਸਰਕਾਰ ਦਾ ਧੰਨਵਾਦ ਕਰਦੇ, ਬਹੁਤ ਵਧੀਆ ਪਹਿਲ ਕੀਤੀ ਆ, ਪਰ ਜਿਹੜੇ ਦਰਿਆਵਾਂ ਦੇ ਵਿੱਚ ਇਸ ਤੋਂ ਪਹਿਲਾਂ ਵੀ ਕਰੋੜਾਂ ਰੁਪਏ ਲੱਗੇ ਆ, ਪਰ ਦਰਿਆਵਾਂ ਦੇ ਵਿੱਚ ਇੰਡਸਟਰੀ ਦਾ, ਕਾਰਪੋਰੇਸ਼ਨ ਦਾ ਗੰਦ ਮਾਲ ਉਵੇਂ ਹੀ ਰੁੜ ਕੇ ਦਰਿਆਵਾਂ ਦੇ ਵਿੱਚ ਪੈ ਰਿਹਾ ਹੈ। ਸਾਨੂੰ ਇਹੀ ਖਾਸਾ ਵੀ ਜਿਹੜਾ ਚੁੱਪ ਚਪੀਤੇ ਇਹ ਮਤਲਬ ਕਰ ਰਹੇ ਆ ਪ੍ਰੋਜੈਕਟ, ਅਤੇ ਇਹਦੇ 'ਚ ਕਿ ਇਹ ਨਾ ਹੋਵੇ ਵੀ ਇਹ ਪੈਸਾ ਕਿਤੇ ਲੱਗ ਜੇ, ਖੁਰਦ ਬੁਰਦ ਹੋ ਜੇ, ਅਤੇ ਸਾਡਾ ਦੁਖਾਂਤ ਮਾਲਵੇ ਦਾ ਔਰ ਰਾਜਸਥਾਨ ਦਾ ਇਹੀ ਹੋ ਜਾਏਗਾ, ਜਿੱਥੇ ਅੱਗੇ ਮਨੁੱਖਾਂ ਨੂੰ ਕੈਂਸਰ, ਕਾਲਾ ਪੀਲੀਆ, ਹੋਰ ਨਾਮਰਾਦ ਬਿਮਾਰੀਆਂ, ਉੱਥੇ ਸਾਡੇ ਪਸ਼ੂਆਂ ਅਤੇ ਜਾਨਵਰਾਂ ਨੂੰ ਵੀ ਕੈਂਸਰ ਨੇ ਬਹੁਤ ਵੱਡੀ ਪੱਧਰ 'ਤੇ ਲਪੇਟ 'ਚ ਲੈ ਲਿਆ।
ਅਤੇ ਜਿਹਦੇ ਲਈ ਅਸੀਂ ਸਰਕਾਰ ਨੂੰ ਬੇਨਤੀ ਕਰ ਰਹੇ ਸੀਗੇ ਵੀ ਇਸ ਨੂੰ ਅੱਗੇ ਪਾਓ। ਜਿਹੜੇ ਮਾਹਰ ਵਿਸ਼ਾ ਮਾਹਰ ਨੇ ਉਹ ਗੈਰ ਸਰਕਾਰੀ ਸਰਕਾਰੀ ਸੰਸਥਾਵਾਂ ਨੂੰ ਸਾਰਿਆਂ ਨੂੰ ਮੀਟਿੰਗ ਕਰਕੇ ਇਹਦਾ ਵਧੀਆ ਪ੍ਰੋਜੈਕਟ ਲੋਕਾਂ ਦੇ ਸਾਹਮਣੇ ਰੱਖਿਆ ਜਾਵੇ, ਜਿਹੜਾ 650 ਕਰੋੜ ਆ ਪਾਰਦਰਸ਼ਿਤਾ ਲੱਗੇ ਅਤੇ ਸਾਡੇ ਦਰਿਆ ਜਿਹੜੇ ਉਹ ਪ੍ਰਦੂਸ਼ਿਤ ਹੋਣ ਨੂੰ ਜ਼ਹਿਰੀਲੇ ਹੋਣ ਤੋਂ ਬਚ ਜਾਣ। ਅਸੀਂ ਇਹੀ ਅਪੀਲ ਕਰਨ ਲਈ ਅੱਜ ਮੰਤਰੀ ਸਾਹਿਬ ਨੂੰ ਆਏ ਸੀਗੇ, ਉਹਨਾਂ ਨੇ ਇੱਕ ਹਫ਼ਤੇ ਦੇ ਵਿੱਚ ਜਿਹੜਾ ਸਮਾਂ ਦਿੱਤਾ ਵੀ ਆਪਣੇ ਸਾਰੀ ਉੱਥੇ ਨਿਗਰਾਨੀ ਕਮੇਟੀ ਭੇਜਣਗੇ ਪੰਜਾਬ ਸਰਕਾਰ ਨਾਲ ਗੱਲਬਾਤ ਕਰਕੇ, ਉਹ ਅਸੀਂ ਸਾਰਾ ਨਿਰੀਖਣ ਕਰਨਗੇ ਅਤੇ ਉਸ ਤੋਂ ਬਾਅਦ ਕੇਂਦਰ ਸਰਕਾਰ ਉਹਦੇ ਵਿੱਚ ਪੂਰਾ ਧਿਆਨ ਰੱਖੇਗੀ। ਸੈਂਟਰ ਦੀ ਕਮੇਟੀ ਜਾਏਗੀ ਨਿਰੀਖਣ ਕਰੇ? ਜੀ ਜੀ ਬਿਲਕੁਲ ਬਿਲਕੁਲ। ਤੁਸੀਂ ਟੈਕਨੀਕਲੀ ਸਾਨੂੰ ਸਮਝਾਓ ਕਿ ਕਿੱਥੇ ਫਲੋਜ਼ ਹੋ ਰਿਹਾ, ਪਾਰਦਰਸ਼ਤਾ ਕਿੱਥੇ ਨਹੀਂ ਆ ਰਹੀ ਇਸ ਮਾਮਲੇ? ਦੇਖੋ ਜੀ, ਇਹ ਪ੍ਰੋਜੈਕਟ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਕਿ 1 ਕਰੋੜ ਲੋਕ ਤੋਂ ਵੀ ਜ਼ਿਆਦਾ, 1 ਕਰੋੜ ਬਹੁਤ ਵੱਡੀ ਪਾਪੂਲੇਸ਼ਨ ਹੈ ਜਿਹੜੀ ਇਸ ਪਾਣੀ ਨੂੰ ਐਜ਼ ਡਾਇਰੈਕਟ ਡਰਿੰਕਿੰਗ ਸੋਰਸ ਯੂਜ਼ ਕਰ ਰਹੀ ਹੈ। ਸਤਲੁਜ ਦਾ ਪਾਣੀ ਸਾਊਥ ਪੰਜਾਬ ਔਰ ਰਾਜਸਥਾਨ ਦੇ 8 ਡਿਸਟ੍ਰਿਕਟ ਜਿਹੜੇ ਹੈ ਉਹਨਾਂ ਦੇ ਘਰਾਂ ਦੇ ਟੂਟੀਆਂ ਵਿੱਚ ਪੈਂਦਾ, ਔਰ 40 ਸਾਲ ਤੋਂ ਇਹ ਪਾਣੀ ਗੰਦਾ ਹੋਈ ਜਾ ਰਿਹਾ ਔਰ ਉਹਨੂੰ ਸੁਧਾਰ ਕਰਨ ਦਾ ਕੋਈ ਬਹੁਤ ਵੱਡਾ ਉਪਰਾਲਾ ਨਹੀਂ ਹੋਇਆ। 10 ਸਾਲ ਪਹਿਲੇ ਇੱਕ ਉਪਰਾਲਾ ਹੋਇਆ ਸੀ, ਕੁਛ STP ਲੁਧਿਆਣੇ ਵਿੱਚ ਲੱਗੇ ਸੀਗੇ, ਉਹਨਾਂ ਵਿੱਚ ਕੁਛ ਡਿਜ਼ਾਈਨ ਫਲੋਜ਼ ਹੋਣ ਕਰਕੇ ਉਹ ਪ੍ਰੋਪਰਲੀ ਫੰਕਸ਼ਨ ਨਹੀਂ ਕਰ ਰਹੇ, 40 ਰੁਪਇਆ ਉਹਨਾਂ 'ਤੇ ਵੀ ਲੱਗਿਆ। ਹੁਣ 10 ਸਾਲ ਬਾਅਦ ਬੜੀ ਮੁਸ਼ਕਲ ਨਾਲ ਬਹੁਤ ਲੜ ਝਗੜ ਕੇ ਫਾਈਨਲੀ ਇਹ ਸਕੀਮ ਆਈ ਹੈ ਕਿ 650 ਕਰੋੜ ਰੁਪਇਆ ਹੋਰ ਲਗਾਇਆ ਜਾਏਗਾ। ਅਸੀਂ ਇਹ ਨਹੀਂ ਚਾਹੁੰਦੇ, ਹਾਲੇ ਤਾਂ 1 ਰੁਪਇਆ ਨਹੀਂ ਲੱਗਿਆ ਉਹਦੇ 'ਚੋਂ, ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਇੱਦਾਂ ਦੀ ਗਲਤੀ ਦੁਬਾਰਾ ਹੋ ਜਾਵੇ ਜਿਹਦੇ ਕਰਕੇ ਸਾਡੀ ਪ੍ਰੋਬਲਮ ਜਿਹੜੀ ਆ ਉਹ ਫਿਰ ਪ੍ਰੋਬਲਮ ਹੀ ਰਹਿ ਜਾਵੇ, ਸਾਡੀ ਹੱਲ ਨਾ ਹੋਵੇ, ਸਾਡਾ ਇਹ ਸਭ ਤੋਂ ਵੱਡਾ ਡਰ ਸੀ। ਉਸ ਤੋਂ ਬਾਅਦ ਇਹ ਸੀ ਕਿ ਉਹ ਕਿਉਂਕਿ DPR ਜਿਹੜੀ ਬਣਦੀ ਹੈ ਕਿਸੇ ਵੀ ਟੈਂਡਰ ਦੀ, ਉਹਦੇ ਵਿੱਚ ਹੀ ਪਤਾ ਲੱਗਦਾ ਕਿ ਇਹਦਾ ਡਿਜ਼ਾਈਨ ਠੀਕ ਹੈ ਜਾਂ ਗਲਤ ਹੈ। ਉਹ DPR ਨੂੰ ਪਬਲਿਕ ਨੂੰ ਦਿਖਾਇਆ ਨਹੀਂ ਗਿਆ, ਈਵਨ ਟਾਸਕ ਫੋਰਸ ਨੂੰ ਦਿਖਾਇਆ ਨਹੀਂ ਗਿਆ, ਤਾਂ ਸਾਨੂੰ ਕੱਲ੍ਹ ਪਰਸੋਂ ਪਤਾ ਲੱਗਿਆ ਕਿ ਉਹਨਾਂ ਨੂੰ ਵੀ ਨਹੀਂ ਪਤਾ ਸੀਗਾ ਟਾਸਕ ਫੋਰਸ ਨੂੰ ਵੀ। ਇਹ ਇੱਕ ਬਹੁਤ ਵੱਡੀ ਗਲਤੀ ਹੋਈ। ਉਹ DPR ਅਸੀਂ 3 ਕੁ ਦਿਨ ਪਹਿਲਾਂ ਹੀ ਦੇਖੀ ਹੈ ਜੀ, ਉਹ ਅਸੀਂ ਕਿਸੇ ਤਰ੍ਹਾਂ ਐਕਸੈਸ ਹੋਈ, ਮਤਲਬ ਕਹਿ ਲਓ ਕਿ ਅਸੀਂ ਲੱਭ ਲਈ DPR, ਅਤੇ ਉਹ DPR ਜਿਹੜੀ ਆ ਉਹਦੇ 'ਚੋਂ ਸਾਨੂੰ ਇੱਕ ਬੜੀ ਬੇਸਿਕ ਮਿਸਟੇਕ ਪਹਿਲੀ ਨਜ਼ਰ ਆ ਰਹੀ ਹੈ ਕਿ 20% ਪਾਣੀ ਇੰਡਸਟਰੀ ਦਾ ਮਿਕਸ ਕਰਕੇ ਡੋਮੈਸਟਿਕ ਸੂਏਜ ਦੇ ਵਿੱਚ ਉਹਨੂੰ STP ਨੂੰ ਜਿਹੜਾ ਹੈ ਫੀਡ ਕੀਤਾ ਜਾਏਗਾ। ਹੁਣ ਇੰਡਸਟਰੀ ਦਾ ਪਾਣੀ ਜਦੋਂ ਮਿਕਸ ਹੋ ਜਾਏਗਾ, ਉਹਦੇ ਵਿੱਚ ਇੱਕ ਬੜੀ ਹੀ ਇੰਪੋਰਟੈਂਟ ਪ੍ਰੋਬਲਮ ਜਿਹੜੀ ਹਮੇਸ਼ਾ ਤੋਂ ਚੱਲਦੀ ਆ ਰਹੀ ਹੈ ਕਿ ਇੰਡਸਟਰੀ ਦਾ ਪਾਣੀ ਆਉਂਦਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਅੰਦਰ, ਡੋਮੈਸਟਿਕ ਵਾਟਰ ਆਉਂਦਾ ਮਿਊਂਸੀਪਲ ਕਾਰਪੋਰੇਸ਼ਨ ਲੁਧਿਆਣਾ ਦੇ ਅੰਦਰ। ਪਿਛਲੇ 10-20 ਸਾਲ ਤੋਂ ਉਹ ਆਪਸ 'ਚ ਇੱਕ ਦੂਜੇ ਨਾਲ ਬਲੇਮ ਗੇਮ ਖੇਡੀ ਜਾ ਰਹੇ ਕਿ ਤੁਹਾਡਾ ਜ਼ਿਆਦਾ ਗੰਦਾ ਤੁਹਾਡੇ ਕਰਕੇ ਪ੍ਰੋਬਲਮ ਹੈ। ਤੁਹਾਡੇ ਜੇ ਇਹ ਫਿਰ ਅਗਲੀ ਪ੍ਰੋਜੈਕਟ ਰਿਪੋਰਟ 'ਚ ਵੀ ਉੱਦਾਂ ਹੀ ਚੱਲੀ ਜਾਊਗਾ ਤਾਂ ਫਿਰ ਤਾਂ ਪ੍ਰੋਬਲਮ ਨਹੀਂ ਹੱਲ ਹੋ ਸਕਦੀ। ਸੋ ਇੱਕ ਇਹ ਬੜੀ ਬੇਸਿਕ ਪ੍ਰੋਬਲਮ ਹੈ। ਇਹਦੇ ਕਰਕੇ ਪਹਿਲੇ ਇੱਕ ਪਲਾਂਟ ਸਾਡਾ ਖਤਮ ਹੋ ਗਿਆ, ਡਿਫੰਕਟ ਹੋ ਗਿਆ, ਜਮਾਲਪੁਰ ਪਲਾਂਟ ਉਹਨੂੰ ਕਹਿੰਦੇ ਆ। ਉਹਦੇ 'ਚ 48 MLD ਦਾ ਇੱਕ ਪਲਾਂਟ ਲੱਗਿਆ ਸੀਗਾ, ਉਹ ਬਿਲਕੁਲ ਕੁਛ 5-6 ਸਾਲਾਂ ਤੋਂ ਡੈੱਡ ਪਿਆ ਹੋਇਆ। ਸੋ ਇੱਦਾਂ ਦੀਆਂ ਗਲਤੀਆਂ ਅਸੀਂ ਰਿਪੀਟ ਕਿਸ ਤਰ੍ਹਾਂ ਕਰ ਸਕਦੇ ਹਾਂ? ਮਤਲਬ ਇਹ ਤਾਂ ਬਿਲਕੁਲ ਇਹੀ ਮੰਗ ਹੈ ਕਿ ਜਿਹੜੀ ਟਾਸਕ ਫੋਰਸ ਹੈ ਉਹਦੇ ਨਾਲ ਸਲਾਹ ਮਸ਼ਵਰਾ ਕੀਤਾ ਜਾਏ, ਜਿਹੜੇ ਮਾਹਿਰ ਨੇ ਉਹਨਾਂ ਨਾਲ ਸਲਾਹ ਮਸ਼ਵਰਾ ਕੀਤਾ ਜਾਏ। ਤਾਂ ਹੁਣ ਸੈਂਟਰਲ ਮਿਨਿਸਟਰੀ ਨੇ ਇੱਕ ਟੀਮ ਭੇਜਣੀ ਹੈ, ਉਹ ਇੰਸਪੈਕਟ ਕਰਕੇ ਦੇਖੇਗੀ ਕਿ ਪੂਰੇ ਮਾਮਲੇ ਦੇ ਵਿੱਚ ਆਪਸ ਦੇ ਵਿੱਚ ਕੋਆਰਡੀਨੇਸ਼ਨ ਕਿਉਂ ਨਹੀਂ ਹੋ ਰਿਹਾ ਹੈ। ਦਿੱਲੀ ਤੋਂ ਕੈਮਰਾਮੈਨ ਲਕਸ਼ਣ ਨਾਲ ਨਿਤਿਨ ਦੀਵਾਨ, ਦੈਨਿਕ ਸਵੇਰਾ TV। ਆਲ ਵਰਲਡ ਓਪਨ ਚੈਲੰਜ 17-time ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ, ਮੌਲਵੀ, ਬੇਗਮ, ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94 648, 84374 94 648।